ਸੰਗਰੂਰ ਲਾਈਵ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ। ਅੱਜ ਪੂਰੇ ਦਿਨ ਦੇ ਵਿੱਚ ਸੰਗਰੂਰ ਦੇ ਵਿੱਚ ਕੀ ਰਿਹਾ ਖਾਸ, ਆਓ ਜਾਣਦੇ ਹਾਂ। ਜ਼ਿਲ੍ਹਾ ਸੰਗਰੂਰ ਵਿੱਚ ਡੀਪੀ ਅਧਿਆਪਕ ਯੂਨੀਅਨ ਨੇ ਸਰਕਾਰ ਨੂੰ ਆਪਣੀ ਮੰਗਾਂ ਨੂੰ ਲੈ ਦਿੱਤਾ ਮੰਗ ਪੱਤਰ। 1000 ਪੋਸਟ ਵਧਾਉਣ, ਜੇਕਰ ਮੰਗ ਨਾ ਕੀਤੀ ਪੂਰੀ ਤਾਂ ਸੰਘਰਸ਼ ਨੂੰ ਕਰਨਗੇ ਤੇਜ਼। पिछले दिन जी पंजाब सरकार ने डीपी मास्टर की 873 पोस्टा कड़िया सगिया, जिस दे विच इह जिहड़ियां पोस्टा सगिया 14 साल बाद कड़िया गई ने। 14 साल बाद यह पोस्टा कढ़न दे कारण जिहड़ी साडी बेरोजगारां दी गिणती सी ओह लगभग हज़ारां दे विच वध चुकी आ, जिस करके साडे जिहड़े बहुत ज़्यादा साथी सीगे ओह लगभग ओवरेज हो चुके ने ते नवीं हुण कोई भर्ती नहीं देख सकदे। इस करके असीं पंजाब सरकार नूं इह मंग करदे आ रहे हां कि जिहड़ियां 873 पोस्टा ने इन्हां दे विच 1000 पोस्ट का होर वाधा करके इन्हां दी संख्या वधाई जाए, तां जो साडियां इह पोस्टा ने इह वध सकन ते साडे जिहड़े बेरोजगार साथी ने जिहड़े लगभग अपनी उम्र हंडा चुके ने उन्हां नूं इस पोस्ट दे विच नौकरी करन दा मौका मिले। दा जिहड़ा अगला कदम आ, पहला तां असीं पंजाब सरकार नूं मंग कर रहे हां, मंग पत्र दे रहे हां कि 1000 पोस्ट का वाधा किया जाए। जेकर पंजाब सरकार साडी इह मंग नहीं मानदी ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰਣਨੀਤੀ ਬਣਾਉਣ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਜ਼ਿਲ੍ਹਾ ਲੈਵਲ 'ਤੇ ਪੂਰਾ ਪ੍ਰਦਰਸ਼ਨ ਕਰਾਂਗੇ, ਮੰਗ ਪੱਤਰ ਦੇਵਾਂਗੇ ਅਤੇ ਧਰਨੇ ਲਾ ਕੇ ਬੈਠਾਂਗੇ। ਜ਼ਿਲ੍ਹਾ ਸੰਗਰੂਰ ਦੇ ਵਿੱਚ ਮਨਰੇਗਾ ਦੇ ਕੱਚੇ ਕਰਮਚਾਰੀਆਂ ਨੇ ਰੈਗੂਲਰ ਹੋਣ ਦੇ ਲਈ ਕੀਤੀ ਹੜਤਾਲ। ਕਿਹਾ, ਅੱਜ ਤੋਂ 7 ਮਹੀਨੇ ਪਹਿਲਾਂ ਪੱਕੇ ਹੋਣ ਦੇ ਵਾਅਦੇ ਤੋਂ ਬਾਅਦ ਹੁਣ ਤੱਕ ਨਹੀਂ ਕੀਤਾ ਗਿਆ ਵਾਅਦਾ ਪੂਰਾ। ਪਿਛਲੇ 12 ਸਾਲਾਂ ਦੇ ਵਿੱਚੋਂ ਪੰਚਾਇਤੀ ਰਾਜ ਦੇ ਵਿੱਚ ਮਨਰੇਗਾ ਦੀ ਨੌਕਰੀ ਕਰ ਰਹੇ ਹਾਂ ਅਤੇ ਹੁਣ ਸਰਕਾਰ ਨੇ ਪਿੱਛੇ ਲੰਮੇ ਸਮੇਂ ਤੋਂ ਸਾਡਾ ਜੋ ਰੈਗੂਲਰ ਦੀ ਮੰਗ ਚੱਲ ਰਹੀ ਸੀਗੀ ਤਾਂ ਮੰਤਰੀ ਸਾਹਿਬ ਨੇ ਸਾਡਾ 1 ਅਕਤੂਬਰ ਨੂੰ ਇਹ ਕਹਿ ਕੇ ਧਰਨਾ ਸਮਾਪਤ ਕਰਾਇਆ ਸੀਗਾ ਕਿ 15 ਦਿਨਾਂ ਦੇ ਵਿੱਚ ਤੁਹਾਡਾ ਰੈਗੂਲਰ ਦਾ ਜੋ ਕੇਸ ਹੈ ਉਹ ਅਸੀਂ ਤਿਆਰ ਕਰਕੇ ਉੱਚ ਅਧਿਕਾਰੀਆਂ ਪਾਸੋਂ ਪਾਸ ਕਰਵਾ ਕੇ ਭੇਜਾਂਗੇ। ਪਰ ਅੱਜ ਉਹ ਗੱਲ ਨੂੰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਸਾਨੂੰ ਕੋਈ ਠੋਸ ਹੁੰਗਾਰਾ ਨਾ ਮਿਲਿਆ ਤਾਂ ਅਸੀਂ 18 ਤਰੀਕ ਤੋਂ ਮੁੜ ਹੜਤਾਲ 'ਤੇ ਆ ਗਏ ਹਾਂ ਤਾਂ ਉਸ ਹੜਤਾਲ ਦੇ ਦੌਰਾਨ ਏਡੀਸੀ ਵਿਕਾਸ ਦੀ ਸ਼ਹਿ ਦੇ ਨਾਲ ਜੇਡੀਸੀ ਦਫ਼ਤਰ ਵੱਲੋਂ ਜੋ ਸਾਨੂੰ ਮਾਰੂ ਚਿੱਠੀਆਂ ਜੋ ਕਿ ਇਹਨਾਂ ਨੇ ਬਾਹਰੋਂ ਭਰਤੀ ਕਰਨ ਦੀ ਆਊਟਸੋਰਸ ਦੀ ਭਰਤੀ ਜੋ ਕਿ ਸਿਫਾਰਸ਼ੀ ਦੇ ਆਪਣੀ ਕਰਨੀ ਸੀ ਉਸ ਤਰੀਕੇ ਕੰਮ ਚਲਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਅਸੀਂ ਉਸਦਾ ਪੁਰਜ਼ੋਰ ਵਿਰੋਧ ਕਰਦੇ ਅੱਜ ਜ਼ਿਲ੍ਹਾ ਪੱਧਰ 'ਤੇ ਉਹਨਾਂ ਜੋ ਪੱਤਰ ਕੱਢੇ ਗਏ ਨੇ ਜੋ ਉਸ ਮਾਰੂ ਪੱਤਰ ਨੇ ਮੁਲਾਜ਼ਮਾਂ ਨੂੰ ਮਾਰੂ ਪੱਤਰ ਉਹ ਜਾਰੀ ਕੀਤੇ ਗਏ ਨੇ ਉਹਨਾਂ ਦੇ ਅਸੀਂ ਕਾਪੀਆਂ ਸਾੜੀਆਂ ਨੇ। ਕਾਲ ਗਰੁੱਪ ਆਫ ਇੰਸਟੀਚਿਊਟ ਵੱਲੋਂ ਕੁਆਰਨ ਕੁਈਨ ਦਾ ਮੁਕਾਬਲਾ ਕਰਵਾਇਆ ਜਾ ਰਿਹਾ, ਜਿਸ ਵਿੱਚ ਲੜਕੀਆਂ ਆਪਣੀ ਕਲਾ ਅਤੇ ਹੁਨਰ ਨੂੰ ਵਿਖਾ ਕੇ ਆਕਰਸ਼ਕ ਇਨਾਮ ਵੀ ਪਾ ਸਕਦੀਆਂ ਹਨ। ਅਕਾਲ ਗਰੁੱਪ ਆਫ ਇੰਸਟੀਚਿਊਟ ਸੰਗਰੂਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਅਸੀਂ ਇਹਨਾਂ ਕੁੜੀਆਂ ਨੂੰ ਇੱਕ ਮੌਕਾ ਦੇਈਏ ਕਿ ਉਹਨਾਂ ਨੂੰ ਜਿੰਨੀ ਅਵੇਅਰਨੈਸ ਹੈ ਇਸ ਮਹਾਂਮਾਰੀ ਬਾਰੇ, ਇਸ ਆਈਸੋਲੇਸ਼ਨ 'ਚ ਰਹਿੰਦੇ ਹੋਏ ਵੀ ਜੋ ਅਵੇਅਰਨੈਸ ਹੈ ਅਸੀਂ ਉਹਨਾਂ ਨੂੰ ਚੈੱਕ ਕਰੀਏ ਅਤੇ ਉਹਨਾਂ ਨੂੰ ਬਹੁਤ ਹੀ ਅੱਛੇ ਕੈਸ਼ ਪ੍ਰਾਈਜ਼ ਨਾਲ ਅਸੀਂ ਸਨਮਾਨ ਬਖਸ਼ੀਏ। ਇਹ ਟੈਸਟ ਬੇਸਿਕਲੀ ਦੋ ਕੈਟਾਗਰੀਜ਼ ਅਸੀਂ ਵੰਡੀਆਂ, ਇੱਕ ਤਾਂ ਅਸੀਂ 8th ਤੋਂ 12th ਕਲਾਸ ਦੇ ਸਟੂਡੈਂਟਸ ਅਸੀਂ ਇਸ 'ਚ ਲਏ ਹੈ, ਪਲੱਸ ਅਸੀਂ ਕਾਲਜ ਸਟੂਡੈਂਟਸ ਦੀ ਕੈਟਾਗਰੀ ਡਿਫਰੈਂਟ ਰੱਖੀ ਹੈ ਅਤੇ ਦੋਨੋਂ ਕੈਟਾਗਰੀ 'ਚ ਜਿਹੜੇ ਵੀ ਬੱਚੇ ਟੋਪਰਸ ਰਹਿਣਗੇ, ਟੋਪ 3 ਦੋਨੋਂ ਕੈਟਾਗਰੀ 'ਚ ਅਸੀਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਦੇਵਾਂਗੇ। ਹਾਂਜੀ, ਖਾਸ ਸਹੂਲਤ ਇਹ ਹੈ ਕਿ ਅਗਰ ਹਰ ਪਾਰਟੀਸੀਪੈਂਟ ਨੂੰ ਅਗਰ ਕੋਈ ਵੀ ਇਸ ਕੰਟੈਸਟ ਦਾ ਹਿੱਸਾ ਬਣਦਾ ਹੈ ਤਾਂ ਉਹਨੂੰ ਅਕਾਲ ਗਰੁੱਪ ਆਫ ਇੰਸਟੀਟਿਊਟਸ ਦੇ 3 ਇੰਸਟੀਟਿਊਟਸ ਐਡਮਿਸ਼ਨ ਲੈਣ ਵਿੱਚ 10% ਦਾ ਡਿਸਕਾਊਂਟ ਵੀ ਦਿੱਤਾ ਜਾਏਗਾ। ਅੱਛਾ, ਬਹੁਤ ਹੀ ਸਿੰਪਲ ਪ੍ਰੋਸੀਜਰ ਹੈ ਪਾਰਟੀਸੀਪੇਟ ਕਰਨ ਲਈ, ਆਨਲਾਈਨ ਕੰਪੀਟੀਸ਼ਨ ਹੈ ਕੰਪਲੀਟਲੀ। ਸਾਡੇ ਕੁਆਰਨ ਕੁਈਨ ਫੇਸਬੁੱਕ ਪੇਜ ਤੇ ਕੁਆਰਨ ਕਿਊਇਨ ਟਾਈਪ ਕਰੋ, ਉੱਥੇ ਵਿਜ਼ਿਟ ਕਰੋ, ਤੁਹਾਨੂੰ ਇੱਕ ਗੂਗਲ ਫੋਰਮ ਦਾ ਰਜਿਸਟ੍ਰੇਸ਼ਨ ਨੰਬਰ ਉੱਥੇ ਲਿੰਕ ਪ੍ਰੋਵਾਈਡ ਹੈ, ਉੱਥੇ ਬੱਚੇ ਕਲਿੱਕ ਕਰਕੇ ਆਪਣਾ ਰਜਿਸਟਰ ਕਰ ਸਕਦੇ ਹੈ। ਵੈਸੇ ਰਜਿਸਟ੍ਰੇਸ਼ਨ ਕੱਲ੍ਹ ਤੱਕ ਓਪਨ ਹੈ 5 ਵਜੇ ਤੱਕ, ਅਤੇ ਆਰਾਮ ਨਾਲ ਆਪਣਾ ਰਜਿਸਟ੍ਰੇਸ਼ਨ ਕਰਕੇ ਘਰ ਬੈਠੇ ਟੈਸਟ ਦੇ ਸਕਦੇ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹਾ ਸੰਗਰੂਰ ਦੇ IMA ਵੱਲੋਂ 1 ਦਿਨ ਦੀ ਹੜਤਾਲ ਕੀਤੀ ਗਈ, ਜਿੱਥੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਹੜਤਾਲ। ਡਾਕਟਰਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਇਸ ਕਾਨੂੰਨ ਨਾਲ ਆਮ ਜਨਤਾ ਨੂੰ ਹੋਵੇਗਾ ਨੁਕਸਾਨ। ਸੋ ਇਹ ਸੀ ਸੰਗਰੂਰ ਦੇ ਵਿੱਚ ਅੱਜ ਦੀਆਂ ਉਹ ਖਾਸ ਖਬਰਾਂ ਜਿਹੜੀਆਂ ਤੁਹਾਨੂੰ ਜਾਣਨੀਆਂ ਜ਼ਰੂਰੀ ਸਨ। ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਹੁਣ ਸੰਗਰੂਰ ਲਾਈਵ ਤੇ ਐਡਵਰਟਾਈਜ਼ਮੈਂਟ ਦੇਣ ਦੇ ਲਈ ਤੁਸੀਂ ਸਾਨੂੰ ਇਨਬੋਕਸ ਕਰ ਸਕਦੇ ਹੋਗੇ ਅਤੇ ਆਪਣੇ ਕਾਰਜ ਨੂੰ ਸਾਡੇ ਜ਼ਰੀਏ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ। ਧੰਨਵਾਦ।